ਪੁਲਿਸ ਟੈਸਟ ਦਾ ਪੇਪਰ ਨਹੀਂ ਨਿਕਲਿਆ ਤਾਂ ਨਕਲੀ ਵਰਦੀ ਪਾ ਕੇ ਸ਼ਖਸ ਬਣ ਗਿਆ ਇੰਸਪੈਕਟਰ, ਫੋਕਾ ਰੋਪ ਵੀ ਮਾਰਨ ਲੱਗਾ, ਨਕਲੀ ਨੰਬਰ ਪਲੇਟ ਵੀ ਲਵਾ ਲਈ ਗੱਡੀ ਤੇ, ਪਰ ਅੰਤ ਹੁਣ ਸਲਾਖਾਂ ਪਿੱਛੇ ਹੋ ਗਈ। ਤਾਂ ਦੱਸ ਦਈਏ ਕਿ ਇੱਕ ਸ਼ਖਸ ਪੁਲਿਸ ਦੇ ਹੱਥ ਲੱਗਿਆ ਹੈ ਜੋ ਕਿ ਬਚਪਨ ਤੋਂ ਹੀ ਇੰਸਪੈਕਟਰ ਬਣਨ ਦਾ ਸੁਪਨਾ ਵੇਖਦਾ ਸੀ, ਲੇਕਿਨ ਉਸਦਾ ਸੁਪਨਾ ਪੂਰਾ ਨਹੀਂ ਹੋਇਆ ਤਾਂ ਉਸਨੇ ਫਰਜ਼ੀ ਵਿਜੀਲੈਂਸ ਇੰਸਪੈਕਟਰ ਬਣ ਕੇ ਲੋਕਾਂ ਨੂੰ ਠੱਗਣਾ ਸ਼ੁਰੂ ਕਰ ਦਿੱਤਾ। ਯਾਨੀ ਕਿ ਜੇ ਇੰਸਪੈਕਟਰ ਨਾ ਬਣੇ ਤਾਂ ਇਹ ਸ਼ਖਸ ਠੱਗ ਬਣ ਗਿਆ। ਦੇਖ ਸਕਦੇ ਹੋ ਸੁਪਨਾ ਪੂਰਾ ਨਾ ਹੋਣ 'ਤੇ ਇਹ ਸ਼ਖਸ ਠੱਗ ਬਣ ਗਿਆ, ਵਿਜੀਲੈਂਸ ਦਾ ਇੰਸਪੈਕਟਰ ਬਣ ਗਿਆ ਵਿਜੀਲੈਂਸ ਬਿਊਰੋ ਦਾ, ਅਤੇ ਉਸ ਤੋਂ ਬਾਅਦ ਇਸਨੇ ਕਈ ਲੋਕਾਂ ਨੂੰ ਠੱਗਿਆ। ਇਹ ਤਾਂ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਲੁਧਿਆਣਾ ਦੀਆਂ, ਜਿੱਥੇ ਇੱਕ ਸ਼ਖਸ ਪੁਲਿਸ ਦੇ ਹੱਥੇ ਚੜਿਆ ਹੈ ਜੋ ਕਿ ਆਪਣੇ ਆਪ ਨੂੰ ਵਿਜੀਲੈਂਸ ਦਾ ਇੰਸਪੈਕਟਰ ਦੱਸਦਾ ਸੀ। ਇਸਦਾ ਨਾਮ ਹਰਮਨ ਸਿੰਘ, ਜੋ ਕਿ ਇਸਨੇ ਨੇਮ ਪਲੇਟ ਵੀ ਬਣਾਈ ਹੋਈ ਹੈ, ਨਾਲ ਦੀ ਨਾਲ ਬੈਲਟ ਅਤੇ ਖਾਕੀ ਪੱਗ, ਖਾਕੀ ਵਰਦੀ ਅਤੇ ਸਟਾਰ ਵੀ ਲੱਗੇ ਹੋਏ ਨੇ। ਤਾਂ ਕਿਸੇ ਨੂੰ ਤਾਂ ਕਿਵੇਂ ਹੀ ਭੁਲੇਖਾ ਪੈ ਜੂਗਾ ਕਿ ਅਸਲੀ ਦਾ ਇਹ ਵਿਜੀਲੈਂਸ ਇੰਸਪੈਕਟਰ ਹੈ, ਪਰ ਪੁਲਿਸ ਪਹਿਚਾਣ ਗਈ ਇਸ ਨੂੰ। ਲੋਕਾਂ ਸਾਹਮਣੇ ਫੋਕੀ ਟੋਰ ਬਣਾਉਣ ਲਈ ਇਹਨੇ ਇਹ ਸਭ ਕੁਝ ਕੀਤਾ ਹੈ। ਤਾਂ ਇਸਨੇ ਪਤਾ ਨਹੀਂ ਹੁਣ ਤੱਕ ਕਿੰਨੇ ਲੋਕਾਂ ਦੇ ਨਾਲ ਠੱਗੀ ਕਰ ਲਈ ਹੈ। ਪੁਲਿਸ ਦੀ ਹੁਣ ਤੱਕ ਦੀ ਜਾਂਚ 'ਤੇ ਪਤਾ ਚੱਲਿਆ ਹੈ ਕਿ ਇਸਦੇ ਮੁਤਾਬਕ ਇਹ ਸ਼ਖਸ ਪੁਲਿਸ ਦੇ ਵਿੱਚ ਭਰਤੀ ਹੋਣਾ ਚਾਹੁੰਦਾ ਸੀ, ਨਹੀਂ ਹੋਇਆ, ਸੁਪਨਾ ਇਸਦਾ ਟੁੱਟਿਆ। ਇਸ ਤੋਂ ਬਾਅਦ ਇਸਨੇ ਇਹ ਘਿਨਾਉਣਾ ਕੰਮ ਕੀਤਾ, ਪੁਲਿਸ ਵਾਲੇ ਦੀ ਜਗ੍ਹਾ ਇਹ ਠੱਗ ਬਣ ਗਿਆ, ਪਰ ਦੇਖਣ ਦੇ ਵਿੱਚ ਅਸਲੀ ਪੁਲਿਸ ਵਾਲਾ ਹੀ ਲੱਗਦਾ ਸੀ। ਜੀ, ਪੁਲਿਸ ਪਾਰਟੀ ਕੋਲ ਇਨਫੋਰਮੇਸ਼ਨ ਆਈ ਸੀਗੀ ਕਿ ਇੱਕ ਹਰਮਨਪ੍ਰੀਤ ਨਾਮ ਦਾ ਮੁੰਡਾ, ਸਨ ਆਫ ਕਰਨ ਸਿੰਘ, ਵਾਸੀ ਈਸਰ ਨਗਰ ਲੁਧਿਆਣੇ ਦਾ, ਉਮਰ ਕਰੀਬ 30 ਸਾਲ, ਜੋ ਪੁਲਿਸ ਦਾ ਮੁਲਾਜ਼ਮ ਇੰਸਪੈਕਟਰ, ਵਿਜੀਲੈਂਸ ਦਾ ਇੰਸਪੈਕਟਰ ਦੱਸ ਕੇ ਲੋਕਾਂ ਨਾਲ ਠੱਗੀ ਮਾਰਦਾ ਹੈ। ਇਹਦੇ ਬਾਰੇ ਇਨਫੋਰਮੇਸ਼ਨ ਆਈ ਸੀਗੀ, ਪੁਲਿਸ ਪਾਰਟੀ ਨੇ, SHO ਸਾਹਿਬ ਨੇ, ACP ਸਾਹਿਬ ਨੇ ਬਹੁਤ ਸਵਿਫਟਲੀ ਐਕਸ਼ਨ ਲੈ ਕੇ ਉਹਨੂੰ ਕਾਬੂ ਕਰਕੇ ਫੜ ਲਿਆ। ਸਰ, ਕਿਹੜੀਆਂ ਕਿਹੜੀਆਂ ਠੱਗੀਆਂ ਮਾਰ ਚੁੱਕਾ ਜੀ ਹੁਣ ਤੱਕ? ਇਹ ਮੈਟਰ ਆਫ ਇਨਵੈਸਟੀਗੇਸ਼ਨ ਆ, ਆਪਾਂ ਰਿਮਾਂਡ ਲਿਆ ਇਹਦਾ 2 ਦਿਨ ਦਾ, ਆਪਾਂ ਇਹ ਸਾਰਾ ਪਤਾ ਕਰਾਂਗੇ। ਵਰਦੀਆਂ ਵੀ ਮਿਲੀਆਂ ਇਹਦੇ ਕੋਲੋਂ? ਇਹਦੇ ਕੋਲੋਂ ਵਰਦੀ ਮਿਲੀ ਹੈ, ਖਾਕੀ ਵਰਦੀ ਮਿਲੀ ਹੈ, ਆਰਮੀ ਦੀ ਇੱਕ ਜੈਕਟ ਮਿਲੀ ਹੈ, ਸਟਾਰ ਮਿਲੇ ਹੈ, ਫਲੈਪ ਮਿਲੇ ਹੈ, ਸ਼ੋਲਡਰ ਬੈਲਟ ਮਿਲੀ ਹੈ। ਸਾਰੀ ਗੱਲ ਮੈਟਰ ਆਫ ਇਨਵੈਸਟੀਗੇਸ਼ਨ ਹੈ ਜੀ, ਆਪਾਂ ਇਨਵੈਸਟੀਗੇਟ ਕਰ ਰਹੇ, ਰਿਮਾਂਡ ਲਿਆ, ਉਹ ਸਾਰੀ ਗੱਲ ਜੋ ਵੀ ਆਏਗੀ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ। ਸਰ, ਇਹਨੂੰ ਹੁਣ ਤੁਸੀਂ ਪਕੜਿਆ ਕਿਸ ਬਿਹਾਫ ਤੇ ਵੜਿਆ? ਕੋਈ ਇਹਨੇ ਵਾਰਦਾਤ ਕਰਦੇ ਹੋਏ ਫੜਿਆ ਗਿਆ ਵਾ ਜਾਂ ਕੋਈ ਕਿਸਮ ਦੀ? ਇਹਨੂੰ ਜੀ ਸਾਡੇ ਕੋਲ ਆਈ ਸੀਗੀ, ਮੁਖਬਿਰ ਖਾਸ ਨੇ ਦੱਸਿਆ ਸੀਗਾ ਕਿ ਇਸ ਤਰੀਕੇ ਦਾ ਬੰਦਾ ਹੈਗਾ ਜਿਹੜਾ ਹਰਮਨਪ੍ਰੀਤ ਨਾਮ ਦਾ ਮੁੰਡਾ ਹੈ, ਇਹ ਪੁਲਿਸ ਦਾ ਇੰਸਪੈਕਟਰ ਅਤੇ ਵਿਜੀਲੈਂਸ ਦਾ ਆਫਿਸਰ ਦੱਸ ਕੇ ਲੋਕਾਂ ਨੂੰ ਬੇਵਕੂਫ ਬਣਾਉਂਦਾ ਹੈ, ਰੌਬ ਬਣਾਉਣ ਦੀ ਕੋਸ਼ਿਸ਼ ਕਰਦਾ ਪੁਲਿਸ ਦੇ ਉੱਤੇ, ਲੋਕਾਂ ਦੇ ਉੱਤੇ, ਸਰਕਾਰੀ ਮਹਿਕਮੇ ਦੇ ਉੱਤੇ ਰੌਬ ਬਣਾ ਕੇ ਆਪਣਾ ਮਤਲਬ ਕੰਮ ਕਢਾਉਂਦਾ। ਮੈਂ ਜੀ ਤੁਹਾਨੂੰ ਪਹਿਲਾਂ ਵੀ ਰਿਕੁਐਸਟ ਕੀਤੀ ਹੈ, ਇਹ 2 ਦਿਨ ਦਾ ਅਸੀਂ ਰਿਮਾਂਡ ਲਿਆ ਕੋਰਟ, ਆਨਰੇਬਲ ਕੋਰਟ ਤੋਂ, ਉਹ ਜੋ ਵੀ ਠੱਗੀ ਹੈਗੀ ਉਹ 2 ਦਿਨ ਦੇ ਵਿੱਚ ਵਿੱਚ ਅਸੀਂ ਸਾਰਾ ਇਨਵੈਸਟੀਗੇਟ ਕਰਕੇ ਤੁਹਾਡੇ ਨਾਲ ਸਾਂਝੀ ਕਰਾਂਗੇ। ਸੂਤਰਾਂ ਦਾ ਇਹ ਵੀ ਪਤਾ ਲੱਗਿਆ ਵੀ ਚੌਂਕੀ ਦੇ ਵਿੱਚ ਲੰਬੇ ਸਮੇਂ ਤੋਂ ਬੈਠਦਾ ਆ ਰਿਹਾ ਸੀਗਾ, ਕਦੇ ਚੌਂਕੀ ਵਾਲਿਆਂ ਨੇ ਪੁੱਛਿਆ ਨਹੀਂ ਜੀ ਵੀ ਵਿਜੀਲੈਂਸ ਸਾਡੇ ਦੌਰੇ ਕੀ ਕੰਮ? ਇਹ ਜੀ ਸੂਤਰੋਂ ਵਾਲੀ ਜਿਹੜੀ ਗੱਲ ਹੈ ਉਹ ਆਪਾਂ ਵੈਰੀਫਾਈ ਕਰਾਂਗੇ, ਜੋ ਵੀ ਅਪਰੋਪਰੀਏਟ ਐਕਸ਼ਨ ਉਹ ਲੈ ਲਾਂਗੇ ਅਸੀਂ। ਇਹ ਵਰਦੀਆਂ ਵਗੈਰਾ ਕਿੱਥੋਂ ਬਣਵਾਈਆਂ ਜੀ? ਇਹ ਸਾਰਾ ਮੈਂ ਤੁਹਾਨੂੰ ਦੱਸਿਆ ਜੀ, ਇਹ ਮੈਟਰ ਆਫ ਇਨਵੈਸਟੀਗੇਸ਼ਨ ਹੈ, ਅਸੀਂ ਰਿਕਵਰੀ ਕੀਤੀ ਹੈ ਅਤੇ ਰਿਕਵਰੀ ਕਰਕੇ ਹੁਣ ਵੈਰੀਫਾਈ ਕਰ ਲਾਂਗੇ। ਉਹ ਮੈਂ ਤੁਹਾਨੂੰ ਰਿਕੁਐਸਟ ਕੀਤੀ ਹੈ, ਇਹ 2 ਦਿਨ ਦਾ ਜਿਹੜਾ ਟਾਈਮ ਸਾਨੂੰ ਕੋਰਟ, ਆਨਰੇਬਲ ਕੋਰਟ ਨੇ ਦਿੱਤਾ ਹੈ, ਉਹ ਇਸੇ ਕਰਕੇ ਦਿੱਤਾ ਹੈ ਕਿ ਅਸੀਂ ਸਾਰਾ ਕੁਛ ਵੈਰੀਫਾਈ ਕਰਾਂ
ਕਰਕੇ ਉੱਥੇ ਪੇਸ਼ ਕਰਾਂਗੇ। ਦੇਖੋ ਜੀ ਹੁਣ ਤੱਕ ਤਾਂ ਰਿਕਵਰੀ ਆਈ ਹੈ, ਰਿਕਵਰੀ ਇਹਦੇ ਰਿਕਵਰੀ ਯੂਨੀਫਾਰਮ ਹੈ ਜਾਂ ਸਟਾਰਸ ਹੈ ਜਾਂ ਬੈਲਟਸ ਹੈ, ਇਸ ਤੋਂ ਇਲਾਵਾ ਕੋਈ ਠੱਗੀ ਸਾਹਮਣੇ ਆਈ ਹੋਵੇ? ਠੱਗੀ ਸਾਹਮਣੇ ਨਹੀਂ ਆਈ, ਠੱਗੀ ਆਏਗੀ ਸਾਹਮਣੇ ਜੋ ਸਾਨੂੰ ਕੰਪਲੇਂਟ ਮਿਲੀ ਹੈ, ਲੋਕਾਂ ਨੇ ਦੱਸਿਆ ਹੈ ਕਿ ਇਹ ਪ੍ਰਭਾਵ ਬਣਾ ਕੇ ਪੁਲਿਸ ਦੇ ਸਰਕਾਰੀ ਮਹਿਕਮੇ ਦੇ ਉੱਤੇ ਪ੍ਰਭਾਵ, ਵਿਜੀਲੈਂਸ ਇੰਸਪੈਕਟਰ ਦਾ ਪ੍ਰਭਾਵ ਬਣਾ ਕੇ ਆਪਣਾ ਕੰਮ ਕਰਾਉਂਦਾ ਸੀਗਾ, ਲੋਕਾਂ ਤੋਂ ਪੈਸੇ ਲੈਂਦਾ ਸੀਗਾ। ਹੁਣ ਉਹ ਲੋਕ ਸਾਡੇ ਕੋਲ ਆ ਰਹੇ ਹੈ, ਉਹ ਸਾਰਾ ਆਪਾਂ ਵੈਰੀਫਾਈ ਕਰਾਂਗੇ। ਪਹਿਲਾਂ ਜੀ ਦੇਖੋ ਮੇਰੀ ਗੱਲ ਸੁਣੋ, ਪਹਿਲਾਂ ਵਾਰਦਾਤ ਕੀਤੀ ਹੈ, ਇਸੇ ਕਰਕੇ ਸਾਨੂੰ ਸੂਤਰਾਂ ਨੇ ਦੱਸਿਆ, ਤਾਂ ਕਰਕੇ ਆਪਾਂ ਫੜਿਆ ਇਹਨੂੰ। ਹਾਂਜੀ, ਰੰਗੇ ਹੱਥੀ ਇਸ ਕਰਕੇ ਨਹੀਂ ਫੜਿਆ ਗਿਆ ਕਿ ਕਿਸੇ ਨੇ ਦੱਸਿਆ ਨੀ। ਇਹ ਰੰਗੇ ਹੱਥੀ ਤਾਂ ਤੁਸੀਂ ਇਹ ਕਹਿ ਰਹੇ ਹੋ ਨਾ ਕਿ ਤੁਸੀਂ ਵੈਰੀਫਾਈ ਕਰੋ, ਤੁਸੀਂ ਦੱਸੋ ਕਿਹੜੀ ਵਾਰਦਾਤ ਕੀਤੀ, ਅਸੀਂ ਉਹ ਕਰ ਲਾਂਗੇ ਫਿਰ। ਇਹ ਜੀ ਦੋ ਦਿਨ ਦੇ ਵਿੱਚ ਅਸੀਂ ਸਾਰਾ ਵੈਰੀਫਾਈ ਕਰਾਂਗੇ, ਇਹਨੇ ਕੀ ਕੀਤਾ, ਕਿਹੜਾ ਕਿਹੜਾ ਕਾਰਨਾਮਾ ਕੀਤਾ, ਕਿਹੜੀ ਕਿਹੜੀ ਵਾਰਦਾਤ ਕੀਤੀ ਹੈ, ਜੋ ਵੀ ਐਸੋਸੀਏਟ ਸੀਗੇ ਉਹ ਸਾਰਾ ਤੁਹਾਡੇ ਨਾਲ ਸਾਂਝਾ ਕਰਾਂਗੇ। ਪ੍ਰੋਫੈਸ਼ਨਲ ਜੀ ਪਹਿਲਾਂ ਹੀ ਇਹ ਤਿਆਰੀ ਕਰਦਾ ਸੀਗਾ, ਇਹਦਾ ਸੁਪਨਾ ਸੀਗਾ ਭਰਤੀ ਹੋਣ ਦਾ, ਹੋਇਆ ਨਹੀਂ ਕਿਸੇ ਕਾਰਨ। ਇਹ ਪੁਲਿਸ ਮੈਨੂਅਲ ਨਹੀਂ ਪੁਲਿਸ ਦੀ ਭਰਤੀ ਹੁੰਦੀ ਪੰਜਾਬ ਪੁਲਿਸ ਦੇ ਵਿੱਚ। ਸਵਿਫਟ ਹੈ ਜੀ, ਚਿੱਟੇ ਕਲਰ ਦੀ ਸਵਿਫਟ। ਉਹਨੇ ਸਟੀਕਰ ਲਾਇਆ ਸੀਗਾ ਪੁਲਿਸ ਦਾ, ਸਟੀਕਰ ਲਾਇਆ ਹੋਇਆ ਸੀ। ਇਹ ਜੀ ਗ੍ਰੈਜੂਏਟ ਹੈਗਾ, ਐਸ ਪਰ ਹੁਣ ਤੱਕ ਦੀ ਸਾਨੂੰ ਜੋ ਵੀ ਇਨਫੋਰਮੇਸ਼ਨ ਮਿਲੀ ਹੈ ਉਸ ਹਿਸਾਬ ਨਾਲ ਗ੍ਰੈਜੂਏਟ ਹੈ। ਸਵਾਲ ਹੈ ਵੀ ਪੰਨੇ ਸ਼ਮਲਾਪੁਰੀ ਥਾਣੇ ਦੇ ਦੋ ਤਿੰਨ ਮੁਲਾਜ਼ਮ ਵੀ ਆਪਣਾ ਸ਼ਿਕਾਰ ਬਣਾਇਆ, ਉਹਨਾਂ ਤੋਂ ਪੈਸੇ ਲਏ ਨੇ, ਇਹ ਤੁਸੀਂ ਦੱਸ ਰਹੇ ਹੋ ਜੀ, ਇਹ ਆਪਾਂ ਵੈਰੀਫਾਈ ਕਰਾਂਗੇ, ਬਾਕੀ ਠੀਕ ਹੈ ਜੀ। ਥੈਂਕ ਯੂ ਸੋ ਮਚ। ਕੋਈ ਪਰਚੇ ਹੈਗੇ ਜੀ ਕੋਈ ਕਿਸੇ ਤਰ੍ਹਾਂ ਦਾ ਨਸ਼ੇ ਵਗੈਰਾ? ਇਸ ਤੋਂ ਪਹਿਲਾਂ ਕੋਈ ਪਰਚਾ ਨਹੀਂ ਹੈ। ਮੇਰੀ ਜੀ ਰਿਕੁਐਸਟ ਹੈ, ਆਪਾਂ ਫੜਿਆ ਤੁਹਾਡੇ ਨਾਲ, ਅਸੀਂ ਗੱਲ ਕਰ ਰਹੇ ਹਾਂ, ਇਹ ਸਾਰਾ ਸਾਨੂੰ ਕੋਰਟ ਨੇ ਦਿੱਤੇ ਦੋ ਦਿਨ, ਉਹਦੇ ਵਿੱਚ ਅਸੀਂ ਸਾਰਾ ਵੈਰੀਫਾਈ ਕਰਕੇ ਤੁਹਾਡੇ ਨਾਲ ਵੀ ਸਾਂਝਾ ਕਰਾਂਗੇ ਸਾਰਾ।